एक बहुत ही ईमानदार अते सच्ची सुची शख्सियत दे मालक सदर पुष्पिंदर सिंह चीमा हुणा ने अपना समुचा जीवन समाज भलाई दे काम करदिआं बसर कीता। आप जी बहुत ही नेक दिल इंसान सन अते हर समय लोड़वंदां दी सहायता लई तत्पर रहिंदे सन। आप जी बहुत ही मेहनती सन अते आप जी ने अपनी अणथक मेहनत सदका अपने कारोबार विच उन्नति हासिल कीती अते खूब नामना खटिआ। मौजूदा समय विच आप जी दे नक्शे कदमां ते आप जी समुचा परिवार चल रहा है अते आप जी दे नाम नूं उच्चियां चुक रहा है। सरदार पुष्पिंदर सिंह चीमा हुणां दी याद विच एक धार्मिक समागम दा आयोजन उनां दे समूह परिवार वल्लों उनां दे ग्रह पिंड रत्तर छत्तर नेड़े डेरा बाबा नानक विखे करवाया गया, जिस विच रागी सिंघां वल्लों कीर्तन दी हाजरी लगवाई अते आईआं होईआं समूह संगतां नूं उस परम पिता परमात्मा दे चरणां नाल जोड़िया। उपरंत परमात्मा जी दे चरणां विच अरदास बेनती करके पवित्र दरगाही बाणी तो हुक्मनामा भी सरवण कीता गया। इस मौके वड्डी गिनती विच संगतां तो इलावा कई उच्च शख्सियतां ने शिरकत कीती अते कुछ शख्सियतां वल्लों उन्हां नूं श्रद्धा दे फुल पेंट कीते। मेरा इस परिवार नाल बहुत नाता और चीमा परिवार दशनामा दी किरत करन वाला परिवार जिथे रब का भाना मनना पैंदा भाई उत्थे रब ते रोस भी जरूर आउंदा। ये परिवार बड़ा दानी परिवार, मेरे को पहला मेरा छोटा वीर साहब वीर सिंह बोलिया और इस घर विच आए इन्ना प्यार मिलिया, कभी माता जी ने बापू जी ने शकन शकाउन तो बगैर कितने जान नहीं दिता। इस परिवार का नाम था इत्थे पंजाब लैवल ते नहीं इंडिया लैवल ते नहीं, एक इस परिवार ने चीमा परिवार ने बाहर मुल्क भी खुशबू खिलारी। बहुत नाम आ बहुत दानी ने, मैं ज्यादा विस्तार च ना जा पहलू ही बोलिया। मैं वाहेगुरु के चरणों से अगे अरदास करदा सच्चे पातशाह साढ़े वीर पुष्पिंदर सिंह अपने चरणों से नवाज बख्शी, पिछे परिवार से
ਮੇਰੇ ਭਰਿਆ ਹੱਥ ਰੱਖੀ ਸਮਤ ਸਾਹਾ ਲਿਖਿਆ ਮਿਲ ਕਰ ਪਾਓ ਤਿਲ ਦੇਹੋ ਸੱਜਣ ਸੀਸਰੀਆਂ ਹੋਵੇ ਸਾਹਿਬ ਸੋ ਮੇਲ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਇਸ ਘਰ ਚੋਂ ਕੋਈ ਵੀ ਆਦਮੀ ਲੰਗਰ ਪਾਣੀ ਛਕਿਆਂ ਤੋਂ ਬਗੈਰ ਮੁੜ ਕੇ ਨਹੀਂ ਜਾਂਦਾ ਪਰ ਸਾਰਿਆਂ ਮੇਰੇ ਵੀਰਾਂ ਨੇ ਆਖਿਆ ਵੀ ਸਰਦਾਰ ਛਪਾਲ ਸਿੰਘ ਨੇ ਮੇਰੇ ਛੋਟੇ ਬੇਟੇ ਨਾਲ ਬੜੀ ਤਕੜੀ ਯਾਰੀ ਸੀ ਇਹਨਾਂ ਦੀ ਦਸ ਵੀਹ ਵਾਰ ਬੜੀ ਵਾਰੀ ਘਰ ਗਏ ਉੱਥੇ ਘੰਟਿਆਂ ਵੱਧੀ ਬਹਿਰਨ ਇੱਕ ਸਰਦਾਰ ਭੁਪਿੰਦਰ ਸਿੰਘ ਜੀ ਨੇ ਮੇਰੇ ਬੜੇ ਪੁਰਾਣੇ ਅੱਜ ਤੋਂ 15-20 ਸਾਲ ਤੋਂ ਪਹਿਲਾਂ ਸਾਰਾ ਪਰਿਵਾਰ ਹੀ ਬਲਵਿੰਦਰ ਸਿੰਘ ਜੀ ਜਸਪਾਲ ਸਿੰਘ ਜੀ ਬੜੇ ਅਸੀਂ ਨਜ਼ਦੀਕੀ ਸਾਂ ਪਰ ਇਹ ਇੱਕ ਇੱਕ ਚੀਜ਼ ਯਾਦ ਰੱਖਿਓ ਉਹਨਾਂ ਚਿਰ ਕੋਈ ਵੀ ਆਦਮੀ ਸ਼ੈਨ ਸ਼ਾਏ ਜਹਾਂਗੀਰ ਨਹੀਂ ਖਵਾ ਸਕਦਾ ਜਿੰਨਾ ਚਿਰ ਉਹਦੇ ਮਗਰ ਨੂਰ ਜਹਾਂ ਦਾ ਹੱਥ ਨਾ ਹੋ ਇਹਨਾਂ ਦੇ ਸਤਿਕਾਰਯੋਗ ਮਾਤਾ ਜੀ ਹੁਣੇ ਸਰਦਾਰ ਅਮਰੀਕ ਸਿੰਘ ਜੀ ਥੀਏਟਰ ਕੇ ਮੇਰੇ ਛੋਟੀ ਵੀਰ ਕਹਿ ਗਏ ਨੇ ਕਿ ਜਦੋਂ ਘਰੋਂ ਆਉਂਦੇ ਸਾਂ ਤਾਂ ਸਾਨੂੰ ਲੰਗਰ ਦੀ ਪਰਵਾਹ ਨਹੀਂ ਸੀ ਹੁੰਦੀ ਸ਼ਕਣ ਛਕਾਉਣ ਦੀ ਇਸ ਕਰਕੇ ਜਿੰਨਾ ਚਿਰ ਕੋਈ ਵੀ ਸਾਡੀ ਧੀ ਭੈਣ ਸਾਡੀ ਸਤਿਕਾਰਯੋਗ ਮਾਤਾ ਜਿਹੜਾ ਉਹਨਾਂ ਦੇ ਸਕੂਲ ਤਾਂ ਨਹੀਂ ਹੋ ਕੇ ਗਿਆ ਹੁੰਦਾ ਜਿਹੜਾ ਉਹਨਾਂ ਦੇ ਉਹਨਾਂ ਕੋਲ ਪੜ੍ਹਿਆ ਹੁੰਦਾ ਉਹਦਾ ਹੀ ਸਤਿਕਾਰ ਮਾਨ ਹਮੇਸ਼ਾ ਦੁਨੀਆਂ ਚੱਲਦਾ ਅੱਜ ਕੱਲ੍ਹ ਵੇਖੋ ਕੋਈ ਮੰਤਰੀ ਕੋਈ ਰਹਿਬਰ ਬਾਬਾ ਨਾਨਕ ਵੇਖ ਲਓ ਜਾਂ ਕੋਈ ਵੀ ਵੇਖ ਲਓ ਉਹਨਾਂ ਚਿਰ ਕੋਈ ਵੀ ਆਦਮੀ ਨਹੀਂ ਦੁਨੀਆਂ 'ਚ ਤਕੜਾ ਹੋ ਕੇ ਵਿਚਰ ਸਕਦਾ ਜਿੰਨਾ ਚਿਰ ਉਹਦੇ ਮਗਰ ਇੱਕ ਚੰਗੀ ਸੁਆਣੀ ਦਾ ਚੰਗੀ ਔਰਤ ਦਾ ਚੰਗੀ ਮਾਂ ਦਾ ਹੱਥ ਨਾ ਹੋਵੇ ਔਰ ਮੇਰੇ ਛੋਟੇ ਵੀਰ ਦੀ ਜਿਹੜੇ ਨੇ ਇਹਨਾਂ ਦੀ ਧਰਮ ਪਤਨੀ ਇਹਨਾਂ ਦੇ ਸਾਰਾ ਪਰਿਵਾਰ ਮੇਰਾ ਬੜਾ ਤਕੜਾ ਵਾਹ ਹੈ ਇਸ ਪਰਿਵਾਰ ਨਾਲ ਔਰ ਇੰਨੀ ਜਦੋਂ ਕਿਤੇ ਆਈਦਾ ਸੀਗਾ ਲੰਗਰ ਪਾਣੀ ਤੋਂ ਬਗੈਰ ਹੀ ਕਿਸੇ ਨੂੰ ਜਾਣ ਨਹੀਂ ਦਿੰਦੇ ਸਭ ਕੁਛ ਇੱਕ ਔਰਤ ਸਿਰ 'ਤੇ ਅੱਜ ਇਸ ਦੁਨੀਆਂ ਤੋਂ ਚਲਾ ਗਿਆ ਉਹਦਾ ਘਾਟਾ ਤੁਹਾਨੂੰ ਪੂਰਾ ਨਹੀਂ ਹੋਣਾ ਸਾਨੂੰ ਕੀ ਮੈਂ ਕਹਿੰਦਾ ਕਿ ਸਾਰੇ ਨਗਰ ਔਰ ਲਾਗੇ ਚਾਗੇ ਜਿੰਨੇ ਵੀ ਨੇ ਪਿੰਡ ਥੀਏਟਰ ਕੇ ਰਮਦਾਸ ਹੋਰ ਵੀ ਸਾਰਿਆਂ ਨੂੰ ਹੀ ਇਹ ਘਾਟਾ ਪਿਆ ਕਿ ਜਿਸ ਦਿਨ ਦੇ ਅਸੀਂ ਆਏ ਹਾਂ ਉਸ ਦਿਨ ਦੇ ਹੀ ਬਹੁਤ ਸਾਰੇ ਸੱਜਣਾਂ ਮਿੱਤਰਾਂ ਨੇ ਮੇਰੇ ਖਿਆਲ ਕੋਈ ਐਸਾ ਸੱਜਣ ਨਹੀਂ ਜਿਹਨੇ ਅਖੀਰ ਦੇ ਵਿੱਚ ਇਹੀ ਕਿਹਾ ਕਿ ਯਾਰ ਬੜਾ ਹਸਮੁੱਖ ਬੰਦਾ ਸੀ ਜਿੱਥੇ ਮਿਲਣਾ ਬਸ ਹੱਸਦਿਆਂ ਔਰ ਭਾਵੇਂ ਸਾਨੂੰ ਕਿਸੇ ਕਿਸਮ ਦੀ ਟੈਨਸ਼ਨ ਜੇ ਕਿਤੇ ਯਾਰਾਂ ਦੋਸਤਾਂ 'ਚ ਬੈਠਾ ਅਤੇ ਉਹਨਾਂ ਨੂੰ ਕੋਈ ਐਸੀ ਗੱਲ ਕਰ ਦੇਣੀ ਕਿ ਉਹਨਾਂ ਵਿੱਚ ਸਾਰਿਆਂ ਨੇ ਹੱਸ ਪੈਣਾ ਕਿ ਤੁਸੀਂ ਕਿਉਂ ਇਹੋ ਜਿਹੀਆਂ ਟੈਨਸ਼ਨਾਂ ਲੈਂਦੇ ਹੋ ਇਸ ਗੱਲ ਵਿੱਚ ਕੋਈ ਦੋ ਰਹਿਵਾਂ ਨਹੀਂ ਕਿ ਮੌਤ ਇੱਕ ਟਲ ਸਕਿਆ ਜੀ ਜੋ ਵੀ ਜੀਵ ਇਸ ਦੁਨੀਆਂ 'ਤੇ ਆਇਆ ਉਹ ਸਕਾਲ ਪੁਰਖ ਵੱਲੋਂ ਨੀਤ ਸਮੇਂ 'ਤੇ ਸੰਸਾਰ ਤੋਂ ਚਲਾ ਗਿਆ ਪਰ ਜਦੋਂ ਜੀਵ ਆਪਣੀਆਂ ਸੰਸਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਸੰਸਾਰ ਤੋਂ ਜਾਂਦਾ ਲੰਬੀ ਉਮਰ ਭੋਗਦਾ ਅਤੇ ਜਦੋਂ ਚਲਿਆ ਜਾਂਦਾ ਤਾਂ ਇਹ ਸਮਾਜ ਉਹਨੂੰ ਪ੍ਰਵਾਨ ਕਰਦਾ ਇਹ ਗੱਲ ਕਹਿੰਦਾ ਵੀ ਠੀਕ ਆ ਬਈ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਗਿਆ ਬੜੀ ਲੰਮੀ ਜ਼ਿੰਦਗੀ ਇਹਨੇ ਬਤੀਤ ਕੀਤੀ ਛੋਟੇ ਵੀਰ ਪੁਸ਼ਪਿੰਦਰ ਸਿੰਘ ਦੀ ਯਾਦ ਵਿੱਚ ਇਹ ਜੋ ਸਮਾਗਮ ਚੱਲ ਰਿਹਾ ਸੀ ਉਹਦੀ ਸਮਾਪਤੀ ਹੈ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ ਸਾਰੀਆਂ ਸੰਗਤਾਂ ਜਿਹੜੀਆਂ ਆਈਆਂ ਨੇ ਛੋਟੇ ਵੀਰ ਪੁਸ਼ਪਿੰਦਰ ਸਿੰਘ ਦੀ ਯਾਦ ਵਿੱਚ ਪਰਿਵਾਰ ਵੱਲੋਂ ਇਹ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਗੁਰੂ ਕਾ ਲੰਗਰ ਜ਼ਰੂਰ ਛੱਕ ਕੇ ਜਾਏ ਜਿਨ੍ਹਾਂ ਨੇ ਛੱਕ ਲਿਆ ਉਹਨਾਂ ਦਾ ਧੰਨਵਾਦ ਬਾਕੀ ਜਿਹੜੇ ਰਹਿੰਦੇ ਨੇ ਵੀਰ ਭੈਣਾਂ ਮਾਤਾਵਾਂ ਉਹ ਸਾਰੇ ਲੰਗਰ ਛੱਕ ਕੇ ਜਾਣ ਜ਼ਰੂਰ ਇਹ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ